ਸਤਿ ਸ਼੍ਰੀ ਅਕਾਲ, ਰਾਮ ਰਾਮ, ਵੈਲਕਮ ਬੈਕ ਹੈ ਜੀ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਜਿਵੇਂ ਕਿ ਤੁਸੀਂ ਸਾਹਮਣੇ ਨਾਲ ਦੇਖ ਹੀ ਲਿਓ, ਅੱਜ ਆਪਾਂ ਚੱਲਣਾ ਹੈਗਾ ਪਟਿਆਲੇ ਅਤੇ ਕਬਾੜ ਮਾਰਕੀਟ 'ਚ, ਉੱਥੇ ਸੁਖਚੈਨ ਦੇਸ਼ ਵਾਲਾ ਟਰੈਕਟਰ ਖੜਾ ਹੈਗਾ, ਆਪਾਂ ਨੂੰ ਪਤਾ ਲੱਗੇਗਾ। ਅਤੇ ਆਪਾਂ ਉੱਥੇ ਚੱਲਦੇ ਨਾਲ ਤੁਹਾਨੂੰ ਟਰੈਕਟਰ ਦਿਖਾਉਣੇ ਆ। ਬਣੇ ਰਹੋ ਬਲੌਗ ਦੇ ਐਂਡ ਤੱਕ, ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ। ਹਾਂਜੀ, ਆਪਾਂ ਪਹੁੰਚ ਗਏ ਸੀਗੇ ਪਟਿਆਲਾ ਕਬਾੜ ਮਾਰਕੀਟ ਦੇ ਵਿੱਚ, ਅਤੇ ਬਹੁਤ ਸਾਰੇ ਇੱਥੇ ਟਰੈਕਟਰ ਖੜ੍ਹੇ ਸੀ ਨਵੇਂ ਨਵੇਂ, ਵੀ ਇਹਨਾਂ ਦੀ ਸੋਚ ਹੀ ਨਹੀਂ ਕੀਤੀ ਸੀ, ਜਿਵੇਂ ਆਹ ਮੈਸ਼ੀ ਖੜ੍ਹਾ, ਇੱਕ ਹੋਰ ਖੜ੍ਹਾ, ਇੱਕ ਫਾਰਮ ਟਰੈਕ, ਅਤੇ ਆਹ ਦੇਖੋ ਜੀ ਕਬਾੜ ਪਟਿਆਲਾ ਇੱਧਰ ਵੀ ਖੜ੍ਹਾ ਹੈ, ਇੱਧਰ ਵੀ ਆਹ ਦੇਖੋ ਟਾਇਰ ਹੀ ਟਾਇਰ ਵੇ। ਇਹ ਕੰਪੇਅਰ ਕਰੀ ਮੇਰੇ ਨਾਲ ਮੜਾ ਫੜੀ ਹੁਣ ਭਾਵੇਂ ਉੱਤਰ ਜੱਡੀ ਆ ਵਾ। ਹਾਂ, ਦੂਜੇ ਟਾਇਰ ਹੀ ਪਏ ਆ ਜੀ, ਦਿਖਾਉਣੇ ਆ ਗਾਹਾਂ ਗੱਲਬਾਤ। ਹਾਂ, ਕਬਾੜ 'ਚ ਵਾਧੂ ਟਰੈਕਟਰ ਨੇ, ਇੱਧਰ ਵੀ ਖੜ੍ਹੇ ਨੇ। ਧਾਣੀ ਟਾਇਰ ਯਾਰ, ਹਾਂ ਇੰਝ ਲੱਗਦਾ, ਹਾਂ ਛੋਟੇ ਪਏ ਨੇ ਟਾਇਰ, ਆਹ ਨਵੀਂ ਖੜ੍ਹੇ ਨੇ ਮਿੱਤਰੋ, ਵੀ ਪਤਾ ਨਹੀਂ ਕਿਵੇਂ ਕੁਛ ਨੇ, ਇੱਧਰ ਇੰਜਨ ਉਂਜਨ ਵਾਧੂ ਪਏ ਨੇ। ਆਹ ਦੇਖਦੇ ਪਏ ਸੀ ਕਬਾੜ ਅਤੇ ਮਿੱਤਰੋ, ਆਪਾਂ ਨੂੰ ਟਰੈਕਟਰ ਥਿਆ ਇੱਕ ਸੁਖਚੈਨ ਦਾ, ਸੁਖਚੈਨ ਦੇ ਵਾਲਾ ਦੇਖੋ, ਜਮਾਂ ਸਾਵੀਆਂ ਟਰੈਕਟਰ। ਆਹ ਟਾਇਰ ਸੁਖਚੈਨ ਵਾਲਾ ਟਰੈਕਟਰ ਹੈਗਾ ਜੀ, ਇਹ 1728 ਟਾਇਰ ਨੇ ਐਮ ਆਰ ਐਫ ਦੇ। ਇੱਧਰ ਦੇਖੋ, ਨੀਸ਼ੂ ਭਾਈ ਨੇ ਵੀ ਬਹੁਤ ਚਲਾਇਆ ਸੀ ਟਰੈਕਟਰ, ਉਹੀ ਹੈ ਸੁਖਚੈਨ ਵਾਲਾ, ਬੈਂਪਰੇ ਦਾ ਖੋਲ ਲਿਆ ਇਹਨਾਂ ਨੇ, ਕਬਾੜ 'ਚ ਖੜ੍ਹਾ ਹੈ ਪਟਿਆਲੇ, ਪਟਿਆਲਾ ਕਬਾੜ ਮਾਰਕੀਟ। ਇਹਨਾਂ ਨੂੰ ਬਾਈ ਮਿੱਤਰੋ ਯਕੀਨ ਨਹੀਂ ਆਉਂਦਾ, ਆਹ ਦੇਖੋ ਸਾਈਡ 'ਤੇ ਵੀ ਲਿਖਿਆ ਅਰਜਨ ਹੋ ਗਿਆ, ਹੁਣ ਰੀਲਾਂ 'ਚ ਜਾ ਕੇ ਦੇਖ ਲਿਓ, ਉਹਦੀ ਮੈਂ ਰੀਲ ਵੀ ਕਲਾਇਬ ਕਰ ਦੂੰ ਨਾਲ ਸੁਖਚੈਨ ਦੀ। ਆਹ ਦੇਖੋ ਟਾਇਰ ਦੂਜੇ ਪਾਸੇ ਨੇ, ਉਹਨਾਂ ਦਾ ਕੰਮ ਨੇ ਆਪਣਾ ਕੰਪੇਅਰ ਕਰ ਲਓ, ਇਹਦਾ ਬੈਂਪਰ ਖੋਲਤਾ ਅਤੇ ਹੁਣ ਖੜ੍ਹਾ ਹੈ ਪਟਿਆਲਾ, ਹੁਣ ਗਾਹਾਂ ਵੀ ਦਿਖਾਉਣੇ ਆ ਗੱਲਬਾਤ ਕੀ ਹੈ। ਇੱਧਰ ਵੀ ਕਬਾੜ, ਬਣੇ ਰਹੋ ਐਂਡ ਤੱਕ ਬਲੌਗ ਦੇ, ਦਿਖਾਉਣਾ ਹੁਣ ਸਾਰੀ ਗੱਲਬਾਤ। ਦੇਖੋ ਜੀ ਪ੍ਰੀਤ ਇੱਕ ਆਹ ਖੜ੍ਹਾ, ਇੱਧਰ ਫਾਰਮ ਟਰੈਕ ਨਿਕਾ ਜਾ, 4x4 ਇੱਧਰ ਆ ਖੜ੍ਹੇ ਨੇ, ਇੱਕ ਆਹ ਸੋਇਲਸ ਵਾਲਾ ਨੇ ਖੜ੍ਹਾ 4x4, ਇੱਕ ਆਹ ਖੜ੍ਹਾ ਹੈਗਾ, ਇੱਧਰ ਬਹੁਤ ਕਬਾੜ ਬਹੁਤ ਵੱਡਾ ਹੈ, ਉਹ ਖੜ੍ਹਾ ਇੱਕ ਮੈਸ਼ੀ ਖੜ੍ਹਾ ਹੈਗਾ, ਇੱਧਰ ਆ ਖੜ੍ਹੇ ਨੇ ਕਬਾੜ, ਦੇਖੋ ਮੈਸ਼ੀ ਉੱਤੇ ਸਿੱਟਿਆ ਪਿਆ, ਉਹ ਪਤਾ ਨਹੀਂ ਕਿਹੜਾ ਟਰੈਕਟਰ ਹੈਗਾ, ਇੱਧਰ ਬਹੁਤ ਵੱਡਾ ਕਬਾੜ ਹੈਗਾ ਇਹ। ਹਾਂ ਦੇਖੋ ਜੀ ਇੱਕ ਇੱਧਰ ਹੈਗਾ, ਇੱਧਰ ਬਹੁਤ ਵੱਡਾ ਕਬਾੜ ਹੈ, ਧੁੱਪ ਜੀ ਕਰਕੇ ਥੋੜ੍ਹਾ ਜਿਹਾ ਵੀਡੀਓ ਨਹੀਂ ਸਾਫ ਆ ਰਹੀ ਗੀ। ਹਾਂ ਇੱਧਰ ਖੜ੍ਹੇ ਨੇ, ਹਾਂ ਦੇਖੋ 36 ਇੱਕ ਆ ਖੜ੍ਹਾ, ਇੱਧਰ ਪੁਰਾਣਾ ਮਾਡਲ ਹੀ ਹੈਗਾ ਤਾਂ ਇਹ, ਉੱਧਰ ਉਹ ਖੁੱਲਿਆ ਖੜ੍ਹਾ ਹੈਗਾ ਜਿਵੇਂ ਛੋਟਾ ਜਿਹਾ, ਇੱਧਰ ਖੜ੍ਹੇ ਨੇ ਕਬਾੜ ਤੋਂ ਪਾ ਕੇ ਬਾਹਰ, ਅਤੇ ਅੰਦਰ ਉੱਥੇ ਧੁੱਪ ਬਹੁਤ ਜ਼ਿਆਦਾ ਹੋਣ ਕਾਰਨ ਯਾਰ ਆਪਾਂ ਵੀਡੀਓ ਹੋਰ ਬਣੀ ਨਹੀਂ, ਵਧੀਆ ਨਹੀਂ ਬਣ ਰਹੀ ਸੀਗੀ, ਤਾਂ ਕਰਕੇ ਆਪਾਂ ਉੱਥੋਂ ਆ ਗਏ ਸੀਗੇ। ਅੱਜ ਦਾ ਬਲੌਗ ਇੱਥੋਂ ਤੱਕ ਹੀ, ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ, ਅਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ, ਮਿਲਦੇ ਹਾਂ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਵਿੱਚ।